ਹਰਦੇਵ ਦਿਲਗੀਰ ਜਿਹੜੇ ਕਿ ਦੇਵ ਥਰੀਕੇ ਵਾਲਾ ਦੇ ਨਾਮ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਅਰਸਿਆਂ ਤੋਂ ਰਾਜ ਕਰ ਰਹੇ ਨੇ, ਉਹ ਗੀਤਕਾਰ ਜਿਹਨੇ ਆਮ ਲੋਕਾਂ ਨੂੰ ਕਲਾਕਾਰ ਬਣਾ ਦਿੱਤਾ, ਸਟਾਰ ਬਣਾ ਦਿੱਤਾ, ਅੱਜ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ, ਉਹਨਾਂ ਦੇ ਪੁੱਤਰ ਸਾਡੇ ਨਾਲ ਮੌਜੂਦ ਨੇ। ਕੀ ਹੋਇਆ ਬਾਪੂ ਜੀ ਨੂੰ? ਬਾਪੂ ਜੀ ਨੇ ਸਹੀ ਹੋ, ਜਦੋਂ ਧੂੜ ਕੱਟਾ ਜਿਹਾ ਹੋਇਆ ਜੀ, ਉਹਨਾਂ ਇਨਫੈਕਸ਼ਨ ਹੀ ਹੋ ਗਈ ਸੀਗੀ, ਉਹਤੋਂ ਬਾਅਦ ਸੈੱਲ ਘੱਟ ਗਏ ਸੀਗੇ, ਸੈੱਲ ਘਟਣ ਤੋਂ ਬਾਅਦ ਵੀਕਨੈਸ ਜ਼ਿਆਦਾ ਫੀਲ ਕਰਨ ਲੱਗ ਗਈ, ਫਿਰ ਸੈੱਲ ਪੂਰੇ ਖੋ ਗਏ ਸੀਗੇ। ਅਤੇ ਮੈਨੂੰ ਕਹਿੰਦੇ ਸੀ ਵੀ ਬੇਟਾ ਤੂੰ ਹਫ਼ਤਾ ਕੁ ਠਹਿਰ, ਵੀਰਵਾਰ ਕੰਮ 'ਤੇ ਚੱਲੇ ਜੀ, ਵੀ ਮੈਂ ਠੀਕ ਹਾਂ ਹੁਣ। ਫਿਰ ਮੰਗਲਵਾਰ ਨੂੰ ਇਹ ਸ਼ਾਮ ਨੂੰ ਥੋੜ੍ਹੇ ਫੇਰ ਢਿੱਲੇ ਹੋ ਗਏ, ਅਤੇ ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਚਲੋ ਪਾਪਾ ਜੀ ਚਲੋ ਚੱਲ ਚੱਲਦੇ ਹਾਂ ਹੋਸਪਿਟਲ, ਚੱਲ ਜਾਂਦੇ ਵੀ ਜਿਹੜੀ ਤੁਸੀਂ ਠੀਕ। ਕਹਿੰਦੇ ਮੈਂ ਠੀਕ ਹਾਂ, ਕੋਈ ਗੱਲ ਨਹੀਂ, ਕਾਕੇ ਤੂੰ ਘਬਰਾਏ ਨਹੀਂ। ਇਸ ਕਰਕੇ ਫਿਰ ਹੁਣ ਇਹਨਾਂ ਨੂੰ ਹੋਸਪਿਟਲ ਲੈ ਕੇ ਆਏ, ਹੁਣ ਠੀਕ ਨੇ ਜੀ। ਇੱਕ ਸੈੱਲ ਕੱਟਣ ਦਾ ਇੱਕ ਵੱਡਾ ਕਾਰਨ ਸੀ ਜਾਂ ਹੋਰ ਵੀ ਕੋਈ ਤਕਲੀਫ? ਤਕਲੀਫ ਇਹਨਾਂ ਦੀ ਸਰ, ਦੂਜਾ ਖੂਨ ਘੱਟ ਗਿਆ ਸੀ ਕਾਫੀ। ਹਾਂਜੀ, ਹੁਣ ਠੀਕ ਨੇ? ਹੁਣ ਖੂਨ ਵਗੈਰਾ ਚੜ੍ਹਾਇਆ, ਕਿੰਨਾ ਖੂਨ ਆਇਆ? ਹੁਣ ਇਹ ਉਹਨਾਂ 8.5 ਗ੍ਰਾਮ ਦੱਸਿਆ ਖੂਨ। ਹਾਂਜੀ, ਕਿੰਨਾ ਰਹਿ ਗਿਆ ਸੀ ਕੱਟ ਕੇ? ਕੱਟ ਕੇ ਉਹਨਾਂ ਦਾ 5.5 ਗ੍ਰਾਮ ਗ੍ਰਾਮ ਰਹਿ ਗਿਆ। ਡਾਕਟਰਸ ਨੇ ਹੁਣ ਕਿਹਾ ਕਿ ਆਊਟ ਆਫ ਡੇਂਜਰ ਨੇ, ਠੀਕ ਨੇ? ਹਾਂਜੀ, ICU 'ਚ ਅੱਜ ਵਾਰਡ 'ਚ ਸ਼ਿਫਟ ਕਰਤਾ ਉਹਨਾਂ ਨੂੰ। ਹਾਂਜੀ, ਘਰ ਕਦੋਂ ਜਾ ਸਕਦੇ? ਸਰ ਦੇਖੋ ਜੀ, 2-4 ਦਿਨ ਤਾਂ ਲੱਗਣਗੇ, ਮੈਂ ਤਾਂ ਵੱਧ ਸਮਾਂ ਲਾ ਕੇ ਜਾਊਂਗਾ, 1-2 ਦਿਨ ਵੱਧ ਹੀ ਲਾਊਂਗਾ। ਪਰਿਵਾਰ ਦੇ ਵਿੱਚ ਤੁਸੀਂ ਅਤੇ ਬਾਪੂ ਜੀ ਇਕੱਲੇ ਰਹਿੰਦੇ? ਇਕੱਲੇ ਰਹਿੰਦੇ। ਬਾਕੀ ਪਰਿਵਾਰ ਹੈ? ਬਾਕੀ ਪਰਿਵਾਰ, ਪਰ ਬਾਕੀ ਪਰਿਵਾਰ ਇਸ ਤਰ੍ਹਾਂ ਜੀ, ਬੱਚੇ ਬਾਹਰ ਨੇ ਮੇਰੇ, ਤੁਹਾਨੂੰ ਦੱਸਿਆ ਸੀਗਾ ਮੇਰੀ ਡੈਥ ਹੋ ਗਈ ਚੁੱਕੀ ਸੀ, ਚੁੱਕੇ 2006 ਦੇ ਵਿੱਚ, 2014 ਵਿੱਚ ਭਰਾ ਦੀ ਡੈਥ ਹੋ ਗਈ ਸੀ, ਅਤੇ 2018 ਦੇ ਵਿੱਚ ਮਾਤਾ ਦੀ ਡੈਥ ਹੋ ਗਈ ਸੀ। ਹੁਣ ਅਸੀਂ ਦੋਨੇ ਪਿਓ ਪੁੱਤ ਰਹਿੰਦੇ ਦੋਨੇ। ਤੁਸੀਂ ਇਹਨਾਂ ਦੇ ਕੀ ਲੱਗਦੇ ਹੋ? ਦੇਵ, ਮੈਂ ਬਲਵੀਰ ਸਿੰਘ ਮਾਨ, ਜਨਰਲ ਸਕੱਤਰ ਪੰਜਾਬੀ ਗੀਤਕਾਰ ਸਭਾ ਪੰਜਾਬ, ਮੇਰੇ ਉਸਤਾਦ ਜੀ ਬਾਪੂ ਜੀ ਦੇਵ ਥਰੀਕੇ ਵਾਲੇ, ਮੈਂ ਉਹਨਾਂ ਦਾ ਸਿਕਰਦ ਹਾਂ। ਪਿਛਲੇ ਦਿਨੀਂ ਪ੍ਰਦੂਸ਼ਣ ਪੰਜਾਬ 'ਚ ਹੋਣ ਕਾਰਨ ਉਹ ਥੋੜ੍ਹੇ ਢਿੱਲੇ ਹੋ ਗਏ ਸੀ, ਅਤੇ ਪਲੇਟਲੈਟ ਘਟੇ ਉਹਨਾਂ ਦੇ, ਉਸ ਤੋਂ ਬਾਅਦ ਪਲੇਟਲੈਟ ਤੜ ਠੀਕ ਹੋ ਗਏ ਉਹਨਾਂ ਦੇ, ਥੋੜ੍ਹੀ ਕਮਜ਼ੋਰੀ ਮਹਿਸੂਸ ਕੀਤੀ ਉਹਨਾਂ ਨੇ, ਤਾਂ ਅਸੀਂ ਉਹਨਾਂ ਨੂੰ ਦੀਪਕ ਹੋਸਪਿਟਲ ਦਾਖਲ ਕਰਵਾ ਦਿੱਤਾ। ਇੱਥੇ ਜਦੋਂ ਪਤਾ ਲੱਗਿਆ ਤਾਂ ਉਹਨਾਂ ਦਾ HB ਘੱਟ ਸੀ, ਅਸੀਂ ਉਹਨਾਂ ਨੂੰ ਜਿਹੜਾ HB ਆ ਡਾਕਟਰ ਦੇ ਮੁਤਾਬਕ ਆ 3 ਯੂਨਿਟ ਆ ਉਹ ਲਿਆ ਕੇ ਦਿੱਤੇ ਆ, ਲਵਾ ਦਿੱਤੇ ਆ। ਅੱਜ ICU 'ਚ ਉਹਨਾਂ ਨੂੰ ਵਾਰਡ 'ਚ ਭੇਜ ਦਿੱਤਾ ਗਿਆ, ਡਾਕਟਰ ਕਹਿੰਦਾ 1-2 ਦਿਨਾਂ 'ਚ ਘਰ ਚਲੇ ਜਾਣਗੇ, ਨੋਰਮਲ ਆ ਫਿਲਹਾਲ। ਤਕਰੀਬਨ 5 ਦਹਾਕੇ ਜਿਹੜਾ ਪੰਜਾਬੀ ਇੰਡਸਟਰੀ ਨੂੰ ਦਿੱਤੇ ਆ ਬਾਪੂ ਜੀ ਨੇ, ਬੜੇ ਵੱਡੇ ਵੱਡੇ ਕਲਾਕਾਰ ਨੇ ਜਿਹੜੇ ਬਾਪੂ ਜੀ ਦੇ ਹੱਥੋਂ ਸਟਾਰ ਬਣੇ ਨੇ, ਤਾਂ ਉਹਨਾਂ ਨੂੰ ਇਹ ਖਬਰ ਪਹੁੰਚੀ ਆ ਉਹਨਾਂ ਤੱਕ ਕਿ ਬਾਪੂ ਜੀ ਬਿਮਾਰ ਨੇ, ਸਾਰ ਲੈਣ ਆਏ ਨੇ? ਬਹੁਤ ਸਾਰੇ ਸੱਜਣ ਮਿੱਤਰ ਪ੍ਰੇਮੀ ਆ ਜਿਹੜੇ, ਉਹ ਖਬਰ ਲੈ ਕੇ ਜਾ ਚੁੱਕੇ ਆ, ਬਹੁਤ ਸਾਰਿਆਂ ਦੇ ਫੋਨ ਆ ਰਹੇ ਆ। ਉਹਨਾਂ ਨੂੰ ਅਸੀਂ ਫਿਲਹਾਲ ਇਹ ਕਿਹਾ ਵੀ ਬਾਪੂ ਜੀ ਹਜੇ ਹੋਸਪਿਟਲ ਆ, 1-2 ਦਿਨਾਂ 'ਚ ਨੋਰਮਲ ਹੋ ਕੇ ਜਦੋਂ ਘਰ ਚਲੇ ਜਾਣਗੇ ਤਾਂ ਉਹ ਘਰ ਆ ਕੇ ਪਤਾ ਲੈ ਸਕਦੇ ਆ, ਕਿਉਂਕਿ ਫਿਲਹਾਲ ਇੱਥੇ ਮਿਲਣ 'ਚ ਪ੍ਰੋਬਲਮ ਆਉਂਦੀ ਆ, ਬਾਪੂ ਜੀ ਨੂੰ ਆਰਾਮ ਦੀ ਲੋੜ ਆ, ਡਾਕਟਰਾਂ ਨੇ ਕਿਹਾ, ਅਤੇ ਠੀਕ ਠਾਕ ਆ। ਕੋਈ ਆਊਟ ਆਫ ਡੇਂਜਰ ਨੇ ਹੁਣ ਤਾਂ ਗੱਲਬਾਤ ਕਰ ਰਹੇ ਨੇ ਤੁਹਾਡੇ ਨਾਲ? ਹਾਂ ਬਿਲਕੁਲ, ਸਾਡੇ ਨਾਲ ਗੱਲਬਾਤ ਕਰ ਰਹੇ ਆ, ਆਊਟ ਆਫ ਡੇਂਜਰ ਆ। ਉਹਨਾਂ ਨੇ ਕਿਹਾ ਵੀ ਸਾਰਿਆਂ ਨੂੰ ਕਹਿ ਦਿਓ ਮੈਂ ਠੀਕ ਹਾਂ, ਮੈਂ ਘਰ ਆ ਕੇ ਸਾਰਿਆਂ ਨੂੰ ਮਿਲੂੰਗਾ ਠੀਕ ਠਾਕ। ਬੜੀ ਖੁਸ਼ੀ ਦੀ ਗੱਲ ਹੈ, ਅਸੀਂ ਵੀ ਪਰਮਾਤਮਾ ਨੂੰ ਇਹੀ ਕਾਮਨਾ ਕਰਾਂਗੇ ਕਿ ਜਲਦ ਤੋਂ ਜਲਦ ਬਾਪੂ ਜੀ ਠੀਕ ਹੋਣ। ਦੇਵ ਥਰੀਕੇ ਵਾਲਾ ਜਿਹੜੇ ਕਿਸੇ ਵੀ ਤਰ੍ਹਾਂ ਦੀ ਪਹਿਚਾਣ ਦੇ ਮੁਹਤਾਜ ਨਹੀਂ ਨੇ, ਬੜੇ ਹੀ ਬਾ ਕਮਾਲ ਜਿਹੜੇ ਗੀਤ ਦੇਵ ਥਰੀਕੇ ਵਾਲੇ ਵੱਲੋਂ ਲਿਖ ਕੇ ਆਮ ਲੋਕਾਂ ਨੂੰ ਸਟਾਰ ਬਣਾਇਆ ਗਿਆ, ਅਤੇ ਅੱਜ ਬਾਪੂ ਜੀ
ਕਿਉਂਕਿ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਬਾਪੂ ਜੀ ਨੂੰ ਡਾਕਟਰਸ ਨੇ ਜਿਹੜਾ ਆਊਟ ਆਫ ਡੇਂਜਰ ਦੱਸ ਦਿੱਤਾ, ਹੁਣ ਤਬੀਅਤ ਜਿਹੜੀ ਹੈ ਹੌਲੀ ਹੌਲੀ ਤਬੀਅਤ ਦੇ ਵਿੱਚ ਸੁਧਾਰ ਆ ਰਿਹਾ ਅਤੇ ਬੜੀ ਜਲਦ ਤੰਦਰੁਸਤ ਹੋ ਕੇ ਬਾਪੂ ਜੀ ਆਪਣੇ ਘਰ ਵਾਪਸ ਪਰਤਣਗੇ। ਤਾਂ ਸਾਡੀਆਂ ਦੁਆਵਾਂ, ਸਾਡੀਆਂ ਸ਼ੁਭਕਾਮਨਾਵਾਂ, ਚੰਗੀ ਸਿਹਤ ਦੀ ਦੁਆ ਕਰਾਂਗੇ ਬਾਪੂ ਜੀ ਦੀ ਕਿ ਜਲਦ ਤੋਂ ਜਲਦ ਠੀਕ ਹੋਣ, ਘਰ ਪਰਤਣ ਅਤੇ ਆਪਣੇ ਪਰਿਵਾਰ ਦੇ ਨਾਲ ਉਸੇ ਤਰ੍ਹਾਂ ਹੱਸਣ ਖੇਡਣ ਜਿਸ ਤਰ੍ਹਾਂ ਪਹਿਲੇ ਖੇਡ ਰਹੇ ਸੀ। ਤਮਾਮ ਉਹਨਾਂ ਲੋਕਾਂ ਵੱਲੋਂ ਜਿਹੜੇ ਬਾਪੂ ਜੀ ਦੀ ਕਲਮ ਦੇ ਮੁਰੀਦ ਨੇ, ਉਮੀਦ ਕਰਦੇ ਹਾਂ ਕਿ ਉਹਨਾਂ ਦੀਆਂ ਦੁਆਵਾਂ ਵੀ ਜ਼ਰੂਰ ਬਾਪੂ ਜੀ ਤੱਕ ਪਹੁੰਚਣਗੀਆਂ ਅਤੇ ਸਿਹਤ ਜਲਦ ਤੋਂ ਜਲਦ ਉਹਨਾਂ ਦੀ ਚੰਗੀ ਬਣੇਗੀ। ਕੈਮਰਾਮੈਨ ਕਮਲ ਗਿੱਲ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।